ਪਿੱਛੇ ਇੱਕ ਇੰਟਰਵਿਊ ਦਿਖਾਈ ਸੀ ਮੱਗਰ ਮਿੱਠੀ ਦੀ, ਬਾਈ ਉਹ ਤੋਂ ਵੀ ਸਿਰੇ ਦਾ ਬੰਦਾ ਹੈ। ਬਾਈ ਦੀ ਜਦੋਂ ਬੋਲੀਆਂ ਦੇਖੋਗੇ, ਗਿੱਧਾ ਦੇਖੋਗੇ, ਉਹਦੇ ਨੱਚਣ ਦਾ ਸਟਾਈਲ ਦੇਖੋਗੇ ਨਾ, ਤਾਂ ਤੁਸੀਂ ਕਹੋਗੇ ਇਹ ਬਾਈ ਲੁਕਿਆ ਕਿੱਥੇ ਬੈਠਾ ਸੀ। ਮੱਗਰ ਮਿੱਠੀ ਤਾਂ ਅੱਜ ਕੱਲ੍ਹ ਬੁੜਾ ਹੋ ਗਿਆ, ਅਤੇ ਬਾਈ ਅੱਜ ਕੱਲ੍ਹ ਪੂਰਾ ਟ੍ਰੈਂਡਿੰਗ ਦੇ ਵਿੱਚ। ਮੱਗਰ ਮਿੱਠੀ ਤਾਂ ਹੁਣ ਪਿੱਛੇ ਰਹਿ ਗਿਆ, ਅਤੇ ਹੁਣ ਤਾਂ ਬਾਈ ਤਰਨਵੀਰ ਧਾਲੀਵਾਲ ਚੱਲ ਪਿਆ। ਪਹਿਲਾਂ ਵਾਲੀਆਂ ਵੀਡੀਓ ਦੇਖੀਆਂ, ਪਹਿਲਾਂ ਵਾਲੀਆਂ ਤਾਂ ਬਹੁਤ ਸਧਾਰਨ ਜਿਹੀਆਂ ਵੀਡੀਓ ਨੇ, ਪਰ ਇੱਕੋ ਦਮ ਜਿਵੇਂ ਕੀੜਾ ਜਾਗਦਾ ਹੁੰਦਾ ਵੀ ਇਹੋ ਜਿਹਾ ਕੀੜਾ ਜਾ ਗਿਆ ਬਾਈ ਦੀਆਂ, ਫਿਰ ਬੋਲੀਆਂ ਵਾਲੀਆਂ ਸ਼ੁਰੂ ਹੋ ਗਈਆਂ। ਬਾਈ ਪਹਿਲਾਂ ਸ਼ੈਰੀ ਵਾਲੀਆਂ ਵੀ, ਮੈਂ ਸ਼ੈਰੀ ਵੀ ਕਰ ਲੈਣਾ, ਉਹ ਵੀ ਪਾ ਲੈਂਦੇ ਸੀਗੇ, ਅਤੇ ਬਾਕੀ ਫਿਰ ਉਹ ਜ਼ਿਆਦਾ ਵੈਵ ਨਹੀਂ ਸੀ ਆਉਂਦੇ, ਫਿਰ ਮੈਂ ਲੱਕ ਵਾਲੀ ਇੱਕ ਦਿਨ ਪਾਤੀ, ਉਹ ਮਿਲੀਅਨ 'ਚ ਟੱਪ ਗਈ। ਅਤੇ ਕਿਵੇਂ ਮੈਂ ਤੁਹਾਨੂੰ ਦੱਸੋ ਲੋਕਾਂ ਦਾ ਕੀ ਕਰੀਏ ਜੀ। ਹੋਇਆ ਬਾਈ? ਹਾਂ ਹਾਂ ਹੋਇਆ ਵੀਰੇ, ਹੋਇਆ ਯਾਰ ਹੋਰ, ਤੈਨੂੰ ਕੀ ਲੱਗਦਾ ਹੋਇਆ ਨਹੀਂ? ਮੈਂ ਲੁਧਿਆਣੇ ਗਿਆ, ਮੈਂ ਅੱਡੇ 'ਚ ਉੱਤਰ ਗਿਆ, ਦਵਾਈ ਲੈਣ ਜਾਣੀ ਸੀ ਮੰਮੀ, ਇੱਕ ਬਾਈ ਖੜਾ ਮੇਰੇ ਲੱਕ ਕਹਿੰਦੀ ਐਂ ਦੇਖੀ ਜਾਵੇ ਖੜਾ, ਮੈਂ ਕਿਹਾ ਬਾਈ ਯਾਰ ਮੇਰੇ ਕਹਿੰਦੀ ਪਤਾ ਨਹੀਂ ਕਾਹਤੋਂ ਝਾਕੀ ਜਾਂਦਾ, ਮੈਂ ਬਾਈ ਕੀ ਹੋ ਗਿਆ? ਬਾਈ ਯਾਰ ਕਹਿੰਦਾ ਚੰਗਾ ਭਲਾ ਤੂੰ ਵੀਡੀਓ 'ਚ ਬੜਾ ਲੱਕ ਮਾਰਦਾ, ਮੈਂ ਬਾਈ ਮੈਨੂੰ ਹੋਰ ਕੀੜੇ ਪਏ ਨੇ ਯਾਰ। ਇੱਕ ਆਪਾਂ ਗੱਡੀ 'ਚ ਆਉਂਦੇ ਹੋਏ ਨਾ, ਇੱਕ ਵਾਕਿਆ ਸਾਂਝਾ ਕਰ ਰਹੇ ਸੀ ਅੱਜ ਉੱਧਰ ਨੂੰ, ਤੁਸੀਂ ਵਾਕਿਆ ਉਹ ਕਹਿ ਰਹੇ ਸੀ ਵੀ ਇੱਕ ਬੰਦੇ ਦਾ ਮੈਨੂੰ ਮੈਸੇਜ ਆਉਂਦਾ, ਮੈਨੂੰ ਕਹਿੰਦਾ ਤੈਨੂੰ ਮਿਲਣਾ, ਮਿਲਣਾ ਕਹਿੰਦਾ ਐਂ ਨਹੀਂ ਉਸ ਤਰੀਕੇ ਨਾਲ ਮਿਲਣਾ, ਉਹ ਕੀ ਗੱਲ ਹੋਈ ਸੀ? ਬਾਈ ਦਾ ਮੈਸੇਜ ਆਇਆ, ਬਾਈ ਕਹਿੰਦਾ ਕੀ ਹਾਲ ਆ, ਮੈਂ ਵਧੀਆ ਵੀਰੇ, ਕਹਿੰਦਾ ਮੈਂ ਮਿਲਣਾ, ਮੈਂ ਕੋਈ ਨਹੀਂ ਵੀਰੇ ਮਿਲ ਲਈ, ਕਹਿੰਦਾ ਦੂਏ ਲੋਟ, ਮੈਂ ਦੂਏ ਲੋਟ ਕਿਵੇਂ ਬਾਈ, ਮੈਂ ਮਿਲ ਲਈ ਕੋਈ ਚੱਕਰ ਨਹੀਂ ਵੀਰੇ, ਅਤੇ ਫਿਰ ਮੇਰੇ ਯਾਰ ਦੋਸਤ ਨੇ ਇਹ ਕਹਿੰਦੇ ਬੁਲਾਲਾ ਬੁਲਾਲਾ, ਮੈਂ ਯਾਰ ਬੁਲਾਈਏ ਸੁਨਾਮ, ਕਹਿੰਦਾ ਬੁਲਾਲਾ, ਮੈਂ ਸੁਨਾਮ ਬੁਲਾ ਲਾਂਗਾ, ਉਹਨੂੰ ਪਿੱਛੇ ਆਵਾਜ਼ ਸੁਣ ਕੇ ਫਿਰ ਮੈਨੂੰ ਬਲੌਕ ਕਰ ਗਿਆ ਯਾਰ। ਅੱਛਾ, ਫਿਰ ਬਾਅਦ 'ਚੋਂ ਸਮਝ ਆ ਗਿਆ ਸੀ ਕਿਹੜੇ ਮਤਲਬ ਨਾਲ ਕਹਿੰਦਾ ਸੀ? ਮੈਂ ਤਾਂ ਹੁਣ ਤੁਹਾਨੂੰ ਵੀ ਆ ਗਿਆ। ਭਰਜਾਈ ਅਤੇ ਸਹੁਰਿਆਂ ਵਾਲੇ ਤਾਂ ਨਹੀਂ ਲੜਦੇ ਹੈਗੇ ਵੀ ਤੂੰ ਆਹ ਕੀ ਕੰਮ ਫੜ ਲਿਆ ਤਨਵੀਰ, ਤੂੰ ਚੰਗਾ ਭਲਾ ਹੁੰਦਾ ਸੀ ਵੀ ਆਹ ਕਿਹੜੇ ਸ਼ੌਂਕ ਪਾਲ ਲਏ? ਪਤਾ ਕੀ ਹੈ, ਮੈਂ ਯਾਰ ਜਦੋਂ ਵੀਡੀਓ ਬਣਾਉਣਾ ਹੁੰਦਾ ਨਾ, ਮੈਂ ਕੈਮਰਾ ਧਰ ਲੈਣਾ, ਮੈਂ ਕਮਰੇ ਦੇ ਵਿੱਚ ਹੀ ਬਣਾਉਣਾ ਇਕੱਲਾ ਹੀ, ਮੈਂ ਕਿਸੇ ਨੂੰ ਸਾਹਮਣੇ ਵੀ ਪਤਾ ਸ਼ਰਮ ਜਿਹੀ ਆਉਂਦੀ ਹੈ, ਮੈਂ ਕਹਿੰਦਾ ਹੁੰਦਾ ਪਿੱਛੋਂ ਦੇਖੀ ਜਾਓ ਜਿਹਨੇ ਦੇਖਣੀ ਆ, ਪਰ ਮੈਨੂੰ ਮੈਂ ਉੱਥੇ ਤਾਂ ਬੰਦ ਕਮਰੇ 'ਚ ਹੁੰਦੀ ਹੈ, ਫਿਰ ਤਾਂ ਸਾਰੀ ਦੁਨੀਆ ਦੇ ਵਿੱਚ ਵਗ ਜਾਂਦੀ ਜਦੋਂ ਇੰਸਟਾ 'ਤੇ ਪਾ ਦਿੰਦੇ। ਚਲੋ ਉਹ ਦੇਖੀ ਜਾਵੇ, ਪਰ ਸਾਹਮਣੇ ਫੇਸ ਟੂ ਫੇਸ ਨਹੀਂ ਨਾ ਹੁੰਦਾ ਬਾਈ। ਤੇਰਾ ਮਾਰਾ ਮੈਂ ਵਿਆਹ ਨਾ ਕਰਾਇਆ, ਜੱਗ ਤੋਂ ਛੜਾ ਖਵਾਇਆ ਨੀ, ਨੱਤੀਆਂ ਵੇਚ ਕੇ ਕੋਕਾ ਲਿਆਂਦਾ, ਤੇਰੀ ਚੋਲੀ ਪਾਇਆ ਜੇ ਡਰ ਮਾਪਿਆਂ ਦਾ, ਯਾਰ ਮਗਰ ਕਿਉਂ ਲਾਇਆ ਨੀ ਜੇ ਡਰ ਮਾਪਿਆਂ ਦਾ। ਤੇ ਕਦੇ ਲੋਕਾਂ ਨੇ ਇਹ ਕਮੈਂਟਾਂ ਦੇ ਵਿੱਚ ਆਖਿਆ ਹੋਏ ਨਚਾਰ ਇਹ ਜਨਾਨੜਾ ਚੱਲਦੇ ਨੇ ਯਾਰ, ਇਹ ਤਾਂ ਪਹਿਲਾਂ ਹੁੰਦਾ ਸੀ ਯਾਰ, ਮੈਂ ਟੈਨਸ਼ਨ ਲੈਂਦਾ, ਹੁਣ ਕੋਈ ਚੱਕਰ ਨਹੀਂ, ਜਿਹੜਾ ਕੁਝ ਕਹਿੰਦਾ ਕਹੀ ਜਾਣ ਯਾਰ, ਮੈਂ ਨਚਾਰ ਹੈਗਾ ਹੈਗਾ, ਇਨਸਾਨ ਤਾਂ ਹੈਗਾ। ਆ ਇੰਸਟਾਗ੍ਰਾਮ ਦੇ ਉੱਤੇ ਆ ਕੇ ਕੀੜਾ ਪੈ ਗਿਆ ਨੱਚਣ ਵਾਲਾ? ਕੀੜਾ ਨਹੀਂ ਮਤਲਬ ਪਤਾ ਕੀ, ਬਾਕੀ ਹੁਣ ਮੈਂ ਭੰਗੜੇ ਵਾਲੀ ਵੀਡੀਓ ਪਾਉਣਾ ਯਾਰ, ਕਿਸੇ ਨੇ ਉਹ ਵਾਇਰਲ ਨਹੀਂ ਹੋਣੀ, ਜੇ ਮੈਂ ਦੂਜੀ ਹਾਂ ਜੇ ਮੈਂ ਟੁੰਕੇ ਵਾਲੀ ਪਾ ਦੇਣਾ, ਹੁਣ ਤੁਸੀਂ ਆਪ ਦੇਖੀਏ, ਪਰ ਫਿਰ ਲੋਕ ਹੁਣ ਦੱਸੋ ਲੋਕ ਮਾਣੇ ਕਿ ਮੈਂ ਮਾਣ ਵੀ ਊਂ ਠੀਕ ਹੂੰ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਘੈਂਟ ਪੰਜਾਬੀ। ਅੱਜ ਮੇਰੇ ਨਾਲ ਇੱਕ ਐਸਾ ਸ਼ਖਸ ਮੌਜੂਦ ਹੈ ਜਿਹਨੂੰ ਇੰਸਟਾਗ੍ਰਾਮ ਦੇ ਉੱਤੇ ਤੁਸੀਂ ਬਹੁਤ ਦੇਖਿਆ ਹੋਊਗਾ, ਬਹੁਤ ਖੁਸ਼ ਮਜਾਜ ਅਤੇ ਖੁਸ਼ ਦਿਲ ਬੰਦਾ ਹੈ। ਪਿੱਛੇ ਇੱਕ ਇੰਟਰਵਿਊ ਦਿਖਾਈ ਸੀ ਮੱਗਰ ਮਿੱਠੀ ਦੀ, ਬਾਈ ਉਹ ਤੋਂ ਵੀ ਸਿਰੇ ਦਾ ਬੰਦਾ ਹੈ। ਬਾਈ ਦੀ ਜਦੋਂ ਬੋਲੀਆਂ ਦੇਖੋਗੇ, ਗਿੱਧਾ ਦੇਖੋਗੇ, ਉਹਦੇ ਨੱਚਣ ਦਾ ਸਟਾਈਲ ਦੇਖੋਗੇ ਨਾ, ਤਾਂ ਤੁਸੀਂ ਕਹੋਗੇ ਇਹ ਬਾਈ ਲੁਕਿਆ ਕਿੱਥੇ ਬੈਠਾ ਸੀ। ਇੰਸਟਾਗ੍ਰਾਮ ਦੀਆਂ ਰੀਲਾਂ ਦੇ ਉੱਤੇ ਬਹੁਤ ਦੇਖੇ ਆ। ਮੱਗਰ ਮਿੱਠੀ ਤਾਂ ਅੱਜ ਕੱਲ੍ਹ ਬੁੜਾ ਹੋ ਗਿਆ, ਅਤੇ ਬਾਈ ਅੱਜ ਕੱਲ੍ਹ ਪੂਰਾ ਟ੍ਰੈਂਡਿੰਗ ਦੇ ਵਿੱਚ ਹੈ, ਪੂਰਾ ਟ੍ਰੈਂਡਿੰਗ ਦੇ ਵਿੱਚ ਚੱਲਦਾ ਇੰਸਟਾਗ੍ਰਾਮ 'ਤੇ। 10-15 ਦਿਨਾਂ ਨੂੰ ਮੈਂ ਕਹਿੰਦਾ ਤੁਸੀਂ ਦੇਖੋਗੇ ਨਾ ਇੰਸਟਾਗ੍ਰਾਮ 'ਤੇ ਫੋਲੋਅਰਾਂ ਦਾ ਢੇਰ ਲੱਗਿਆ ਹੋਊ ਬਾਈ ਦੇ। ਬਾਈ ਦਾ ਨਾਮ ਤਰਨਵੀਰ ਧਾਲੀਵਾਲ ਹੈ, ਗੱਲਬਾਤ ਕਰ ਲੈਂਦੇ ਹਾਂ ਕਿ ਬਾਈ ਇਹ ਰੀਲਾਂ ਬਣਾਉਣ ਵਾਲਾ ਸ਼ੌਂਕ ਕਿੱਥੋਂ ਪਿਆ, ਇਹ ਨੱਚਣਾ ਕਿੱਥੋਂ ਸਿੱਖਿਆ, ਇਹ ਗਾਉਣਾ ਕਿੱਥੋਂ ਸਿੱਖਿਆ, ਗੱਲਬਾਤ ਬਾਈ ਨਾਲ ਕਰ ਲੈਂਦੇ ਹਾਂ। ਬਾਈ ਬਹੁਤ ਬਹੁਤ ਸਵਾਗਤ ਹੈ ਘੈਂਟ ਪੰਜਾਬੀ। ਸਤਿ ਸ਼੍ਰੀ ਅਕਾਲ ਵੀਰੇ, ਘੈਂਟ ਪੰਜਾਬੀ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੁਹਾਨੂੰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਬਾਈ। ਅੱਛਾ, ਹੋਰ ਸਿਹਤ ਤਾਂ ਠੀਕ ਨੇ ਬਾਈ? ਹਾਂ ਵਧੀਆ ਵੀਰੇ ਵਧੀਆ, ਤੁਸੀਂ ਦੱਸੋ ਕਿਵੇਂ ਹੋ? ਅੱਛਾ ਬਾਈ, ਕੈਮਰੇ ਸਾਹਮਣੇ ਅਸੀਂ ਦੇਖਦੇ ਹਾਂ ਤੁਹਾਨੂੰ, ਇੰਸਟਾਗ੍ਰਾਮ ਦੇ ਉੱਤੇ ਦੇਖਦੇ ਹਾਂ, ਬਹੁਤ ਖੁਸ਼ ਦਿਲੋਂ, ਬਹੁਤ ਨੱਚਦੇ ਹੋ, ਕੁੱਦਦੇ ਹੋ, ਲੱਗਦਾ ਹੀ ਹੈ ਨਹੀਂ ਗਾ ਕਿ ਬੰਦਾ ਇਹ ਬੋਲਦਾ ਨਹੀਂ ਹੋਊਗਾ, ਪਰ ਜਦੋਂ ਅਸਲ 'ਚ ਮਿਲਦੇ ਹਾਂ ਉਦੋਂ ਬਹੁਤ ਚੁੱਪ ਚਪੀਤੇ ਜੇ, ਬਹੁਤ ਘੱਟ ਬੋਲਦੇ, ਇਹਦਾ ਕਾਰਨ ਕੀ ਆ? ਬਾਈ ਅੱਜ ਕੱਲ੍ਹ ਟੈਨਸ਼ਨਾਂ ਭਰੀ ਜ਼ਿੰਦਗੀ ਆ, ਹਰ ਇੱਕ ਨੂੰ ਟੈਨਸ਼ਨ ਹੁੰਦੀ ਹੈ, ਆਪਾਂ ਨੂੰ ਵੀ ਹੁੰਦੀ ਹੋਈ ਆ, ਚਲੋ ਹੁਣ ਪੜਦੇ ਤੇ ਪਿੱਛੇ ਬੰਦਾ ਹੋਰ ਹੁੰਦਾ, ਤੁਸੀਂ ਵੀ ਕਹਿ ਰਹੇ ਹੋ ਇੱਦਾਂ ਵੀ ਐਂ ਮਿਲਿਆ ਬਾਈ ਚੁੱਪ ਚਾਪ ਹੈ, ਉਹ ਗੱਲ ਹੋਰ ਹੁੰਦੀ ਹੈ, ਲੋਕਾਂ ਨੂੰ ਹਸਾਉਣਾ ਇੱਦਾਂ ਕਰਨਾ ਇਹ ਗੱਲ ਹੋਰ ਹੁੰਦੀ ਆ ਬਾਈ, ਬਸ ਪਤਾ ਹੀ ਆ, ਬਸ ਸੋਸ਼ਲ ਮੀਡੀਆ 'ਤੇ ਚੱਲੀ ਜਾਂਦਾ ਜਿੱਦਾਂ ਹੁੰਦਾ ਬਸ ਚੱਲ। ਮਤਲਬ ਸੋਸ਼ਲ ਮੀਡੀਆ ਦੀ ਜ਼ਿੰਦਗੀ ਅਲੱਗ ਜ਼ਿੰਦਗੀ ਹੈ ਇੱਕ, ਜਿਹੜੀ ਲੋਕਾਂ ਸਾਹਮਣੇ ਪੇਸ਼ ਹੁੰਦੀ ਆ, ਅਤੇ ਪਰ ਉਹਦੇ ਪਿੱਛੇ ਜ਼ਿੰਦਗੀ ਕੋਈ ਹੋਰ ਆ। ਹਾਂ ਬਾਈ ਦੇਖੋ, ਹਰ ਇੱਕ ਅੱਜ ਕੱਲ੍ਹ ਦੇਖੋ ਇੰਨਾ ਹੀ ਸਟਰਗਲ ਆ ਵੀ ਬਾਕੀ ਪੈਸੇ ਦੀ ਭੱਜ ਦੌੜ, ਹਰ ਕੋਈ ਬੰਦਾ ਟੈਨਸ਼ਨ 'ਚ ਆਪਣੇ ਕੰਮ ਕਾਰ ਤੋਂ ਥੱਕਿਆ, ਬੰਦਾ ਘਰ ਆਉਂਦਾ, ਚਲੋ ਮਨੋਰੰਜਨ ਕਰ ਲੈਂਦਾ, ਉਹਦੇ ਕਰਕੇ ਪਾ ਦੇ ਦੀ ਆ, ਮੈਂ ਵੀ ਆਪਣੇ ਸ਼ੌਂਕ ਨੂੰ ਪਾ ਦੇਣਾ ਬਾਈ। ਹਾਂ ਜੇ ਆਪਾਂ ਗੱਲਬਾਤ ਕਰੀਏ, ਜਿਵੇਂ ਮੈਂ ਸ਼ੁਰੂਆਤ 'ਚ ਗੱਲ ਕੀਤੀ ਸੀ ਵੀ ਮੱਗਰ ਮਿੱਠੀ ਤਾਂ ਹੁਣ ਪਿੱਛੇ ਰਹਿ ਗਿਆ, ਅਤੇ ਹੁਣ ਤਾਂ ਬਾਈ ਤਰਨਵੀਰ ਧਾਲੀਵਾਲ ਚੱਲ ਪਿਆ, ਬਾਈ ਲੱਗਦਾ ਕਿ ਇਹ ਜਿਹੜੀਆਂ ਚੀਜ਼ਾਂ ਨੇ ਇਹ ਲੋਕਾਂ ਨੂੰ ਖੁਸ਼
ਹਾਂ ਬਾਈ ਇਹ ਤਾਂ ਆਪਾਂ ਆਪਣੀ ਸੋਚ ਆ, ਦੇਖੋ ਸੋਚ 'ਤੇ ਡਿਪੈਂਡ ਹੁੰਦਾ, ਕਈ ਲੋਕ ਕਮੈਂਟ ਵੀ ਕਰ ਦਿੰਦੇ ਆ, ਬੈਡ ਕਮੈਂਟ ਵੀ ਕਰ ਦਿੰਦੇ ਆ, ਬਾਕੀ ਕਈ ਫੋਨ ਵੀ ਆਉਂਦੇ ਆ ਲੋਕਾਂ ਦੇ, ਬਾਈ ਵਧੀਆ ਮੇਰੀ ਮੰਮੀ ਤੁਹਾਡੀਆਂ ਵੀਡੀਓ ਦੇਖਦੀ ਆ, ਵਧੀਆ ਲੱਗਦੀਆਂ ਨੇ, ਅਤੇ ਕਈ ਫੋਨ ਵੀ ਇੰਸਟਾ 'ਤੇ ਮੈਸੇਜ ਵੀ ਆਉਂਦੇ ਆ ਕਈ ਲੋਕਾਂ ਦੇ, ਵੀ ਚੰਗਾ ਲੱਗਦਾ, ਬਾਕੀ ਆਪਾਂ ਆਪਣੀ ਸੋਚ ਆ ਬਾਈ। ਮੈਂ ਇੱਕ ਗੱਲ ਦੱਸਾਂ ਨਾ, ਮੈਂ ਜਦੋਂ ਪਰਸਨਲੀ ਤੌਰ 'ਤੇ ਪਹਿਲੇ ਦਿਨ ਤੁਹਾਡੀ ਵੀਡੀਓ ਮੇਰੇ ਸਾਹਮਣੇ ਆਈ ਤਾਂ ਬਾਈ ਮੈਂ ਪਹਿਲਾਂ ਬਹੁਤ ਖੁਸ਼ ਹੋਇਆ, ਹੱਸਿਆ ਬਹੁਤ ਯਾਰ ਕਿ ਬਾਈ ਇਹ ਹੈ ਕਿੱਥੋਂ ਦਾ, ਇਹਨੂੰ ਲੱਭੀਏ। ਅਤੇ ਬਾਈ ਸਭ ਤੋਂ ਪਹਿਲੀ ਸ਼ੁਰੂਆਤ ਕਦੋਂ ਹੁੰਦੀ ਹੈ, ਪਹਿਲੀ ਰੀਲ ਕਦੋਂ ਪਾਉਂਦੇ ਹੋ ਜਿਹੜਾ ਨੱਚ ਕੇ ਲੱਕ ਹਿਲਾ ਕੇ ਰੀਲ ਪਾਉਂਦੇ ਹੋ? ਬਾਈ ਟਿਕਟੋਕ 'ਤੇ ਪਾਉਂਦੇ ਹੁੰਦੇ ਸੀ, ਟਿਕਟੋਕ ਬੈਨ ਹੋ ਗਿਆ ਹੁਣ ਤੁਹਾਨੂੰ ਪਤਾ, ਅਤੇ ਬਾਕੀ ਹੁਣ ਇੰਸਟਾ 'ਤੇ ਹਜੇ ਮਹੀਨਾ ਕੀ ਹੋਇਆ ਬਾਈ ਪਾਉਂਦੇ ਨੂੰ। ਅੱਛਾ, ਯਾਨੀ ਹਲੇ ਸ਼ੁਰੂਆਤ ਹੀ ਆ। ਹਾਂ ਸ਼ੁਰੂ ਹੀ ਆ। ਜਦੋਂ ਸਭ ਤੋਂ ਪਹਿਲੀ ਰੀਲ ਕਿਹੜੀ ਹੁੰਦੀ ਹੈ ਪਾਉਂਦੇ ਹੋ, ਅਤੇ ਕੀ ਜਿਹੜੇ ਲੋਕ ਹੈ ਉਹਨਾਂ ਦਾ ਰਿਐਕਸ਼ਨ ਕੀ ਹੁੰਦਾ, ਕੀ ਕਹਿੰਦੇ ਆ ਫਿਰ ਲੋਕ? ਬਾਈ ਦੇਖੋ ਮੈਨੂੰ ਰੀਲ ਤਾਂ ਹੁਣ ਯਾਦ ਨਹੀਂ ਕਿਹੜੀ, ਕਈ ਸੌਂਗ ਨੇ ਉਹਨਾਂ 'ਤੇ ਪਾਈ ਹੈ, ਪਰ ਲੋਕਾਂ ਦਾ ਤਾਂ ਯਾਰ ਹੁਣ ਜੇ ਲੋਕਾਂ ਪਿੱਛੇ ਜਾਈਏ ਤਾਂ ਚੱਲਦਾ ਹੀ ਰਹਿੰਦਾ, ਅਗਲਾ ਪਿੱਠ ਪਿੱਛੇ ਹੋਰ, ਅਤੇ ਬਾਅਦ 'ਚ ਅਗਲਾ ਹੋਰ ਹੁੰਦਾ, ਮੂੰਹ 'ਤੇ ਗੱਲ ਹੋਰ ਕਰਦਾ, ਤਾਂ ਜਦੋਂ ਆਪਾਂ ਕਿਸੇ ਦੇ ਨਾਲ ਵਿਚਰਦੇ ਹਾਂ, ਬਹਿੰਦੇ ਹਾਂ, ਖੜ੍ਹਦੇ ਹਾਂ, ਫਿਰ ਪਤਾ ਲੱਗਦਾ ਨਾ ਬੰਦਾ ਕਿੱਦਾਂ ਦਾ, ਇੱਦਾਂ ਕਿਸੇ ਨੂੰ ਆਪਾਂ ਕੰਪਲੀਮੈਂਟ ਜਾਂ ਕਿਸੇ ਨੂੰ ਡਿਸਾਈਡ ਕਰਨਾ ਕੈਮਰੇ 'ਤੇ। ਪਹਿਲੀ ਰੀਲ ਪਾਈ ਸੀ, ਘਰਦੇ ਕੀ ਕਹਿੰਦੇ ਸੀ? ਯਾਰ ਘਰਦੇ ਤਾਂ ਮੈਂ ਸ਼ੁਰੂ ਤੋਂ ਹੀ ਤੁਹਾਨੂੰ ਪਤਾ ਨੱਚਦਾ ਖੇਡਦਾ, ਉਹਨੂੰ ਪਤਾ ਵੀ ਹੱਸਦਾ ਰਹਿੰਦਾ ਮਜ਼ਾਕੀਆ ਜਿਹਾ ਬੰਦਾ। ਘਰਦਿਆਂ ਦਾ ਕੋਈ ਟੈਨਸ਼ਨ ਨਹੀਂ, ਉਹ ਤਾਂ ਸਾਰੇ ਘਰਦਿਆਂ ਨੇ ਕੁਛ ਨਹੀਂ ਆਖਿਆ? ਨਹੀਂ ਨਹੀਂ ਯਾਰ, ਇੱਦਾਂ ਕੋਈ ਨਹੀਂ ਕੁਛ, ਯਾਰਾਂ ਦੋਸਤਾਂ ਨੇ ਆਖਿਆ ਵੀ ਤੂੰ ਜਨਾਨੀਆਂ ਵਾਂਗੂ ਨੱਚਣ ਲੱਗ ਗਿਆ? ਹਾਂ ਯਾਰ ਪਤਾ ਕੀ, ਜਦੋਂ ਆਪਾਂ ਇੰਸਟਾ 'ਤੇ ਰੀਲ ਪਾਉਂਦੇ ਹਾਂ ਯਾਰ, ਕਈ ਰੀਲ ਉਹ ਚੱਕ ਲੈਂਦੇ ਆ ਐਡਿਟ ਕਰਕੇ, ਪਿੱਛੇ ਸੌਂਗ ਕੋਈ ਹੋਰ ਚੱਲਦਾ ਹੁੰਦਾ, ਪਿੱਛੇ ਗਾਣਾ ਕੋਈ ਹੋਰ ਲਾਉਂਦੇ ਆ, ਉੱਪਰ ਐਂ ਨਹੀਂ ਪਤਾ ਕੀ ਲਿਖਦੇ ਨੇ ਗੰਦੇ ਕਮੈਂਟ, ਇਹ ਚੰਗੀ ਗੱਲ ਨਹੀਂ ਹੈਗੀ, ਤੁਸੀਂ ਆਪ ਵਰਤੋਂ ਬੈਠੋ। ਪਿੰਡ 'ਚ ਵੀ ਕੋਈ ਹੁੰਦਾ, ਸਾਡੇ ਪਿੰਡ 'ਚ ਵੀ ਪੰਜ ਚਾਰ ਹੈਗੇ ਤਮਾਸ਼ੀਰ ਜੇ ਜਿਹੜੇ ਬਸ ਵੀਡੀਓ ਚੱਕ ਲੈਣਗੇ, ਜਦੋਂ ਪਤਾ ਬੈਡ ਕਮੈਂਟ ਯਾਰ, ਜਿਹੜੇ ਬੰਦੇ ਨੇ ਚੰਗੇ ਕਮੈਂਟ ਕਰਨੇ ਹੋਣਗੇ ਉਹ ਰੀਲ ਤਾਂ ਨਹੀਂ ਚੱਕਣੀ ਉਹਨਾਂ ਨੇ, ਜਿਹੜੇ ਭੈਣੇ ਕਮੈਂਟ ਹੋਣਗੇ ਉਹ ਰੀਲ ਚੱਕ ਕੇ ਫਿਰ ਇੱਕ ਦੂਜੇ ਯਾਰਾਂ ਦੋਸਤਾਂ ਨੂੰ ਵਾਇਰਲ ਕਰ ਲਾਂਗੇ, ਬਸ ਦਾਲ 'ਚ ਕੋਕੜੂ ਤਾਂ ਹੁੰਦੇ ਹੀ ਨੇ ਤੁਹਾਨੂੰ ਪਤਾ। ਅੱਛਾ, ਅਤੇ ਮੈਂ ਪਹਿਲਾਂ ਵਾਲੀਆਂ ਵੀਡੀਓ ਦੇਖੀਆਂ, ਪਹਿਲਾਂ ਵਾਲੀਆਂ ਤਾਂ ਬਹੁਤ ਸਧਾਰਨ ਜਿਹੀਆਂ ਵੀਡੀਓ ਨੇ, ਪਰ ਇੱਕੋ ਦਮ ਜਿਵੇਂ ਕੀੜਾ ਜਾਗਦਾ ਹੁੰਦਾ ਵੀ ਇਹੋ ਜਿਹਾ ਕੀੜਾ ਜਾ ਗਿਆ ਬਾਈ ਦੀਆਂ, ਫਿਰ ਬੋਲੀਆਂ ਵਾਲੀ ਸ਼ੁਰੂ ਹੋ ਗਈਆਂ, ਇੰਸਟਾਗ੍ਰਾਮ ਤੁਹਾਡੀ ਸਾਰੀ ਪ੍ਰੋਫਾਈਲ ਫਰੋਲੀ ਆ, ਵੀ ਇੱਕੋ ਦਮ ਕਿਵੇਂ ਬਦਲ ਜੇ ਗਏ? ਇਹ ਪਹਿਲਾਂ ਤਾਂ ਰੀਲਾਂ ਬਹੁਤ ਸਾਦੀਆਂ ਚੱਲਦੀਆਂ ਜਿਵੇਂ ਆਮ ਬੰਦੇ ਪਾਉਂਦੇ ਆ, ਫਿਰ ਉਦੋਂ ਬਾਅਦ ਨੱਚਣ ਵਾਲੀਆਂ ਰੀਲਾਂ ਆਉਣ ਲੱਗ ਜਾਂਦੀਆਂ, ਲੱਕ ਹਿਲਾਉਣ ਵਾਲੀਆਂ ਰੀਲਾਂ ਆਉਣ ਲੱਗ ਜਾਂਦੀਆਂ। ਬਾਈ ਪਹਿਲਾਂ ਸ਼ਾਇਰੀ ਵਾਲੀਆਂ ਵੀ ਮੈਂ ਸ਼ਾਇਰੀ ਵੀ ਕਰ ਲੈਣਾ, ਉਹ ਵੀ ਪਾ ਲੈਂਦੇ ਸੀਗੇ, ਅਤੇ ਬਾਕੀ ਫਿਰ ਉਹ ਜ਼ਿਆਦਾ ਵਾਈਵ ਨਹੀਂ ਸੀ ਆਉਂਦੇ, ਫਿਰ ਮੈਂ ਲੱਕ ਵਾਲੀ ਇੱਕ ਦਿਨ ਪਾਤੀ, ਉਹ ਮਿਲੀਅਨ 'ਚ ਟੱਪ ਗਈ। ਅਤੇ ਕਿਵੇਂ, ਮੈਂ ਤੁਹਾਨੂੰ ਦੱਸੋ ਲੋਕਾਂ ਦਾ ਕੀ ਕਰੀਏ ਜੀ? ਅੱਛਾ, ਮਤਲਬ ਲੋਕ ਨਾ ਸਵਾਦ ਭਾਲਦੇ ਆ, ਹੈ ਨਾ, ਸਵਾਦ ਲੈਂਦਾ ਜੀ ਕੋਈ ਬੰਦਾ ਵੀ ਅੱਜ ਕੱਲ੍ਹ। ਹਾਂ ਸਹੀ ਗੱਲ, ਇਹ ਤਾਂ ਹੈ ਜੀ। ਅੱਛਾ ਬਾਈ, ਇੱਕ ਗੱਲ, ਜਿਵੇਂ ਮੱਗਰ ਮਿੱਠੀ ਦੀ ਅਸੀਂ ਇੰਟਰਵਿਊ ਕੀਤੀ, ਮੱਗਰ ਮਿੱਠੀ ਨੂੰ ਬਹੁਤ ਜ਼ਿਆਦਾ ਲੋਕਾਂ ਨੇ ਕਮੈਂਟ ਕੀਤੇ ਕਿ ਇਹ ਜਨਾਨੜਾ ਹੈਗਾ, ਵੀ ਇਹਨੂੰ ਬੰਦਾ ਹੈਗਾ, ਇਹ ਬੰਦਿਆਂ ਵਾਲੇ ਕੰਮ ਕਰੇ, ਵੀ ਇਹ ਨੱਚਣਾ ਗਾਉਣ ਲੱਗ ਗਿਆ, ਤੁਹਾਨੂੰ ਵੀ ਇਹੋ ਜਿਹੀਆਂ ਚੀਜ਼ਾਂ ਸੁਣਨ ਨੂੰ ਮਿਲਦੀਆਂ ਸੀ? ਬਾਈ ਯਾਰ ਕਿਸੇ ਵੀ ਫੀਲਡ 'ਚ ਚਲੇ ਜਾਓ ਤੁਸੀਂ, ਦੇਖ ਚੰਗੇ ਮਾੜੇ ਲੋਕ ਤਾਂ ਆਪਾਂ ਨੂੰ ਟੱਕਰਦੇ ਨੇ, ਮੈਨੂੰ ਤਾਂ ਮਿਲਣਾ ਜ਼ਿਆਦਾਤਰ ਲੋਕ ਜ਼ਿਆਦਾ ਹੀ ਕਰਦੇ ਨੇ। ਅੱਛਾ, ਬਾਕੀ ਇਹ ਹੁੰਦਾ ਹੀ ਹੈ ਯਾਰ, ਸਿਸਟਮ ਵੀ ਦੁਨੀਆਦਾਰੀ ਹੋਈ ਹੈ, ਦੇਖੋ ਜਿਹੜੇ ਪਰਮਾਤਮਾ ਨੇ ਦੁਨੀਆ ਸਾਜੀ ਹੈ ਉਹਨੂੰ ਭੇਤ ਨਹੀਂ ਆਇਆ, ਆਪਾਂ ਨੂੰ ਤਾਂ ਕਦਾ ਭੇਤ ਆਉਣਾ, ਠੀਕ ਹੈ ਨਾ, ਇਹ ਸਿਸਟਮ ਵੀ ਇੱਦਾਂ ਦਾ, ਬਸ ਦੁਨੀਆਦਾਰੀ ਬਣੀ ਹੋਈ ਹੈ, ਚੱਲੀ ਜਾਂਦਾ, ਆਪਾਂ ਕਦੇ ਗੁੱਸਾ ਨਹੀਂ ਕੀਤਾ, ਜੇ ਕੋਈ ਚੰਗਾ ਕਹਿੰਦਾ ਠੀਕ ਹੈ, ਜੇ ਮਾੜਾ ਕਹਿੰਦਾ ਤਾਂ ਵੀ ਠੀਕ ਹੈ ਵੀਰੇ, ਚੱਲ ਮਤਲਬ ਪਰਵਾਹ ਨਹੀਂ ਕਰੀ ਦੁਨੀਆ, ਕੋਈ ਚੱਕਰ ਨਹੀਂ ਵੀਰੇ। ਵਿਆਹ ਵੂ ਹੋਇਆ ਬਾਈ? ਹਾਂ ਹਾਂ ਹੋਇਆ ਵੀਰੇ, ਹੋਇਆ ਯਾਰ, ਹੋਰ ਤੈਨੂੰ ਕੀ ਲੱਗਦਾ ਹੋਇਆ ਨਹੀਂ? ਮੈਂ ਲੁਧਿਆਣੇ ਗਿਆ, ਮੈਂ ਅੱਡੇ 'ਚ ਉੱਤਰ ਗਿਆ, ਦਵਾਈ ਲੈਣ ਜਾਣੀ ਸੀ ਮੰਮੀ, ਇੱਕ ਬਾਈ ਖੜਾ ਮੇਰੇ ਲੱਕ ਕਹਿੰਦੀ ਐਂ ਦੇਖੀ ਜਾਵੇ ਖੜਾ, ਮੈਂ ਕਿਹਾ ਬਾਈ ਯਾਰ ਮੇਰੇ ਕਹਿੰਦੀ ਪਤਾ ਨਹੀਂ ਕਾਹ ਤੋਂ ਝਾਕੀ ਜਾਂਦਾ, ਮੈਂ ਬਾਈ ਕੀ ਹੋ ਗਿਆ? ਬਾਈ ਯਾਰ ਕਹਿੰਦਾ ਚੰਗਾ ਭਲਾ, ਤੂੰ ਵੀਡੀਓ 'ਚ ਬੜਾ ਲੱਕ ਮਾਰਦਾ, ਮੈਂ ਬਾਈ ਮੈਨੂੰ ਹੋਰ ਕੀੜੇ ਪਏ ਨੇ ਯਾਰ, ਇਹੋ ਜਿਹੇ ਲੋਕ ਨੇ ਯਾਰ, ਕੀ ਕਹੀਏ ਲੋਕ। ਅੱਛਾ, ਮਤਲਬ ਕਈ ਵਾਰ ਲੋਕ ਸ਼ੱਕ ਜਿਹਾ ਕਰਦੇ ਹੁੰਦੇ ਆ ਵੀ ਹੋਰ ਜੀ ਨਿਗਾਹ ਨਾਲ ਦੇਖਦੇ ਹੁੰਦੇ ਆ ਜਦੋਂ ਕਿਤੇ ਬਾਹਰ ਜਿਹੜੇ ਲੋਕਾਂ ਨੇ ਵੀਡੀਓ ਦੇਖੇ ਨੇ ਉਹ, ਮਤਲਬ ਜਿਹੜੇ ਜਿਵੇਂ ਹੋਰ ਕਈ ਹੋਰ ਕਿਸਮ ਦੇ ਕਿਸੇ ਹੋਰ ਦੁਨੀਆ ਤੋਂ ਲੋਕ ਆਏ ਹੁੰਦੇ ਆ, ਐਂ ਜਿਹੇ ਲੋਕ ਦੇਖਦੇ ਹੈਗੇ ਯਾਰ? ਹੋ ਜਾਂਦਾ ਕਈ ਵਾਰ, ਕਮੈਂਟ ਵੀ ਇੱਦਾਂ ਦੇ ਆਉਂਦਾ ਬਾਈ ਤੈਨੂੰ ਮਿਲਣਾ, ਮੈਂ ਕਿਹਾ ਕੋਈ ਚੱਕਰ ਨਹੀਂ ਆ ਜੀ ਵੀਰੇ। ਕਿਵੇਂ ਮਿਲਣਾ ਮਤਲਬ? ਪਤਾ ਹੀ ਨਹੀਂ ਹੁਣ ਮੈਨੂੰ ਕੀ ਪਤਾ, ਕਿਵੇਂ, ਮੈਂ ਕਿਹਾ ਆ ਜੀ ਬਾਈ, ਅਤੇ ਦੇਖ ਲਾਂਗੇ ਫਿਰ ਹੋਰ ਹਿਸਾਬ ਜੇ ਦੀ ਗੱਲ ਕਰਦੇ ਨੇ, ਫਿਰ ਮੈਂ ਯਾਰਾਂ ਦੋਸਤ ਜਿਹੜੇ ਹੁੰਦੇ ਆ ਕਲੋਜ ਉਹਨਾਂ ਨੂੰ ਦੱਸ ਦੇਣਾ ਵੀਰੇ ਕੋਈ ਚੱਕਰ ਨਹੀਂ ਆ ਜੀ, ਮੈਂ ਕਿਹਾ ਜਿਹੜੇ ਹਿਸਾਬ ਨਾਲ ਗੱਲ ਕਰੂਗੀ ਫਿਰ ਦੇਖ ਲਾਂਗੇ। ਇੱਕ ਆਪਾਂ ਗੱਡੀ 'ਚ ਆਉਂਦੇ ਹੋਏ ਨਾ ਇੱਕ ਵਾਕਿਆ ਸਾਂਝਾ ਕਰ ਰਹੇ ਸੀ ਅੱਜ ਇੱਧਰ ਨੂੰ, ਤੁਸੀਂ ਵਾਕਿਆ ਉਹ ਕਹਿ ਰਹੇ ਸੀ ਵੀ ਇੱਕ ਬੰਦੇ ਦਾ ਮੈਨੂੰ ਮੈਸੇਜ ਆਉਂਦਾ, ਮੈਨੂੰ ਕਹਿੰਦਾ ਤੈਨੂੰ ਮਿਲਣਾ, ਮਿਲਣਾ ਕਹਿੰਦਾ ਐਂ ਨਹੀਂ ਉਸ ਤਰੀਕੇ ਨਾਲ ਮਿਲਣਾ, ਉਹ ਕੀ ਗੱਲ ਹੋਈ ਸੀ? ਬਾਈ ਦਾ ਮੈਸੇਜ ਆਇਆ, ਬਾਈ ਕਹਿੰਦਾ ਕੀ ਹਾਲ ਆ, ਮੈਂ ਵਧੀਆ ਵੀਰੇ, ਕਹਿੰਦਾ ਮੈਂ ਮਿਲਣਾ, ਮੈਂ ਕੋਈ ਨਹੀਂ ਵੀਰੇ ਮਿਲ ਲਈ, ਕਹਿੰਦਾ ਦੂਏ ਲੋਟ, ਮੈਂ ਦੂਏ ਲੋਟ ਕਿਵੇਂ ਬਾਈ, ਮੈਂ ਮਿਲ ਲਈ ਕੋਈ ਚੱਕਰ ਨਹੀਂ ਵੀਰੇ, ਅਤੇ ਫਿਰ ਮੇਰੇ ਯਾਰ ਦੋਸਤ ਨੇ ਇਹ ਕਹਿੰਦੇ ਬੁਲਾਲਾ ਬੁਲਾਲਾ, ਮੈਂ ਯਾਰ ਬੁਲਾਈਏ ਸੁਨਾਮ, ਕਹਿੰਦਾ ਬੁਲਾਲਾ ਮੈਂ ਸੁਨਾਮ ਬੁਲਾ ਲਾਂਗਾ, ਉਹਨੂੰ ਪਿੱਛੇ ਆਵਾਜ਼ ਸੁਣ ਕੇ ਫਿਰ ਮੈਨੂੰ ਬਲੋਕ ਕਰ ਗਿਆ ਯਾਰ। ਅੱਛਾ, ਫਿਰ ਬਾਅਦ 'ਚੋਂ ਸਮਝ ਆ ਗਿਆ ਸੀ ਕਿਹੜੇ
ਜਿਵੇਂ ਹੁਣ ਕਮੈਂਟ ਆਉਂਦੇ ਆ ਤੇ ਤੁਸੀਂ ਉਹ ਕਮੈਂਟ ਬੰਦ ਕਰਕੇ ਰੱਖਦੇ ਹੋ ਜਾਂ ਕਮੈਂਟ ਖੁੱਲੇ ਹੁੰਦੇ ਆ? ਪਹਿਲਾਂ ਤਾਂ ਯਾਰ ਖੁੱਲੇ ਹੁੰਦੇ ਸੀ, ਹੁਣ ਮੈਂ ਬੰਦ ਕਰਨ ਲੱਗ ਗਿਆ। ਜ਼ਿਆਦਾ ਲੋ ਆਪਾਂ ਜਦੋਂ ਪੜ੍ਹੀ ਜਾਵਾਂਗੇ ਫਿਰ ਦਿਮਾਗ 'ਤੇ ਵੀ ਇੱਦਾਂ ਡਿਪਰੈਸ਼ਨ ਜਿਹਾ ਪੈਂਦਾ ਨਾ, ਫਿਰ ਆਪਣੇ ਨਾਲ ਆਪਾਂ ਚਾਰ ਅਗਲਾ ਗੱਲਾਂ ਕਰੂਗਾ, ਚਾਰ ਆਪਾਂ ਕਰਾਂਗੇ, ਫਿਰ ਉਹ ਬਹਿਸ ਵੱਧਦੀ ਆ, ਜਦਬਾਜ਼ੀ। ਜੇ ਤਾਂ ਬੰਦਾ ਸਾਹਮਣੇ ਹੋਵੇ ਫਿਰ ਤਾਂ ਗੱਲ ਕਰੀਏ। ਹੁਣ ਪੜਦੇ ਦੇ ਪਿੱਛੇ ਆਪਾਂ ਨੂੰ ਪਤਾ ਕੌਣ ਹੈਗਾ, ਫੇਕ ਆਈਡੀਆਂ ਲੋਕ ਬਣਾ ਕੇ ਬੈਠਿਆ, ਕਮੈਂਟ ਕਰੀ ਜਾਂਦੇ ਆ, ਫਿਰ ਐਂ ਗੱਲ ਚੰਗੀ ਨਹੀਂ ਲੱਗਦੀ। ਜਾਂ ਤਾਂ ਸਾਹਮਣੇ ਆਵੇ ਬੰਦਾ ਗੱਲ ਕਰੀਏ, ਹੋਰ ਸਾਹ ਬੰਦਾ। ਭਰਜਾਈ ਤੇ ਸਹੁਰਿਆਂ ਵਾਲੇ ਤਾਂ ਨਹੀਂ ਲੜਦੇ ਹੈਗੇ ਵੀ ਤੂੰ ਆਹ ਕੀ ਕੰਮ ਫੜ ਲਿਆ ਤਨ ਵੀਰ, ਤੂੰ ਚੰਗਾ ਭਲਾ ਹੁੰਦਾ ਸੀ ਵੀ ਆਹ ਕਿਹੜੇ ਸ਼ੌਂਕ ਪਾਲ ਲਏ? ਨਹੀਂ ਇਹੋ ਜਿਹੀ ਤਾਂ ਕੋਈ ਗੱਲ ਨਹੀਂ, ਇਹੋ ਜਿਹਾ ਕੋਈ ਚੱਕਰ ਨਹੀਂ ਵੀਰੇ, ਐਂ ਤਾਂ ਨਾ ਕੋਈ ਯਾਰ ਜਿੰਨੇ ਕਹੀ ਨਾ ਕਹੀ ਯਾਰ, ਮੇਰੀ ਆਪਣੀ ਜ਼ਿੰਦਗੀ ਯਾਰ। ਅਤੇ ਬਾਈ ਬੜਾ ਫੱਕਰ ਜਿਹਾ ਸੁਭਾਅ ਦਾ ਬੰਦਾ ਯਾਰ, ਕਿ ਜਿਹੜੀ ਜਿਹੜੀ ਚੀਜ਼ ਦਿਲ 'ਚ ਹੈਗੀ ਆ ਉਹ ਬਾਈ ਨੇ ਕਹਿ ਦੇਣੀ ਹੁੰਦੀ ਆ। ਅਤੇ ਉਹ ਮੈਂ ਤਾਂ ਹੀ ਬਾਈ ਨਾਲ ਖੁੱਲ੍ਹ ਕੇ ਗੱਲਾਂ ਕਰ ਰਿਹਾ ਸੀ ਪਹਿਲਾਂ, ਕਿਉਂਕਿ ਜਦੋਂ ਪਹਿਲੀ ਵਾਰ ਮੈਂ ਬਾਈ ਨੂੰ ਮਿਲਿਆ ਤਾਂ ਬਹੁਤ ਸੰਗਾਊ ਜਿਹਾ ਲੱਗਿਆ ਮੈਨੂੰ ਬੰਦਾ, ਕਿ ਯਾਰ ਇਹ ਬੰਦਾ ਉਹ ਹੋ ਨਹੀਂ ਸਕਦਾ ਜਿਹੜਾ ਰੀਲਾਂ ਦੇ ਉੱਤੇ ਇੰਨੀ ਮੌਜ ਮਸਤੀ ਕਰਦਾ, ਇੰਨਾ ਨੱਚਦਾ ਹੈਗਾ, ਪਰ ਵੀ ਉਹ ਇੱਕ ਸ਼ਾਂਤ ਜਿਹਾ ਬੰਦਾ ਹੋਵੇ, ਚੁੱਪ ਜਿਹਾ ਬੰਦਾ ਹੋਵੇ, ਇਹ ਹੋ ਨਹੀਂ ਸਕਦਾ। ਬਾਈ ਜ਼ਿੰਦਗੀ ਕਿਵੇਂ ਚੱਲਦੀ ਹੈ? ਜ਼ਿੰਦਗੀ 'ਚ ਦੁੱਖ ਦਰਦ ਹੈਗੇ ਆ ਜਾਂ ਹਮੇਸ਼ਾ ਹੱਸਦੀ ਰਹਿੰਦੇ ਹੋ? ਨਹੀਂ ਤਾਂ ਯਾਰ ਹੁਣ ਸਭ ਕਿਸੇ ਦੇ ਹੁੰਦੇ ਆ, ਤੁਹਾਡੇ ਵੀ ਹੋਣਗੇ, ਮੇਰੇ ਵੀ। ਦੇਖੋ ਇੰਨਾ ਕੁ ਤਾਂ ਚੱਲਦਾ ਹੀ ਰਹਿੰਦਾ ਸਿਸਟਮ ਹੈ, ਦੁਨੀਆਦਾਰੀ ਹੈ, ਬਾਕੀ ਇੰਨੀ ਟੈਨਸ਼ਨ ਜੀ ਲਈ ਨਹੀਂ, ਖੁਸ਼ ਰਹੀਦਾ ਜਿੰਨਾ ਚਿਰ ਜਿਉਂਦੇ ਹਾਂ, ਬਸ ਵਧੀਆ ਜਿਉਂਦੇ ਹਾਂ, ਬਾਕੀ ਦੇਖੀ ਜਾਓ ਜੀ। ਪਰਵਾਹ ਕਿਉਂ ਨਹੀਂ ਕਰਦੇ ਲੋਕਾਂ ਦੀ? ਉੱਦਾਂ ਹੀ ਬਸ ਆਪਣਾ ਮਾਇੰਡ ਆ, ਜਦੋਂ ਆਪਾਂ ਆਏ ਇਕੱਲੇ ਆ, ਜਾਣਾ ਵੀ ਤਾਂ ਇਕੱਲੇ ਹੀ ਆ, ਫਿਰ ਲੋਕਾਂ ਆਪਾਂ ਨੂੰ ਕਿਹੜਾ ਕਿਸੇ ਨੇ ਖਾਣ ਨੂੰ ਦੇਣਾ ਬਾਈ, ਠੀਕ ਹੈ ਨਾ? ਯਾਰ ਦੋਸਤ ਪੂਰਾ ਸਾਥ ਦਿੰਦੇ ਆ? ਹਾਂ ਯਾਰ ਦੋਸਤ ਯਾਰ ਖੜ ਜਾਂਦੇ ਆ ਜਿੱਥੇ ਖੜੀਏ, ਆਹ ਮੁੰਡਾ ਨਾਲ ਮੇਰੇ ਆਮਣੇ ਵੀ ਜ਼ਰਾ ਠੀਕ ਆ, ਬੰਦਾ ਨਾਲ ਖੜਦਾ, ਬਾਕੀ ਜਿਹੜਾ ਨਹੀਂ ਖੜਦਾ ਨਾ ਖੜੇ, ਕੋਈ ਚੱਕਰ ਨਹੀਂ ਯਾਰ, ਆਪਾਂ ਇਕੱਲੇ। ਬਾਈ ਇੱਕ ਗੱਲ ਬੜੀ ਖਾਸ ਹੁੰਦੀ ਆ, ਆਜੋ ਅਤੇ ਇਹ ਗੱਲ ਹੁੰਦੀ ਆ ਜਦੋਂ ਕੋਈ ਐਸਾ ਕੰਮ ਕਰਨ ਲੱਗ ਜਾਂਦਾ, ਮੰਨ ਲਓ ਜਿਵੇਂ ਕੁੜੀਆਂ ਵਾਂਗ ਨੱਚਣ ਲੱਗ ਜਾਂਦਾ, ਅਕਸਰ ਨਾ ਬਹੁਤ ਸਾਰੀਆਂ ਯਾਰੀ ਦੋਸਤੀਆਂ ਟੁੱਟ ਜਾਂਦੀਆਂ ਨੇ। ਇਹ ਹੁੰਦਾ ਕਿ ਜੇ ਇਹਦੇ ਨਾਲ ਚੱਲਾਂਗੇ ਜਾਂ ਇਹ ਦੱਸਾਂਗੇ ਵੀ ਇਹਦੇ ਸਾਥੀ ਆ, ਇਹਦੇ ਦੋਸਤਾਂ, ਵੀ ਸਾਨੂੰ ਲੋਕ ਵੀ ਇਹਦੇ ਨਜ਼ਰੀਏ ਨਾਲ ਹੀ ਦੇਖਣਗੇ। ਹੋਈਆਂ ਨੇ ਐਸੀਆਂ ਗੱਲਾਂ? ਯਾਰ ਜਦੋਂ ਬੰਦਾ ਝਾਕਦਾ ਹੁੰਦਾ ਮੈਨੂੰ ਪਤਾ ਲੱਗਦਾ ਵੀ ਇਹ ਮੇਰੀ ਵੀਡੀਓ ਦੇਖਦਾ, ਤਾਂ ਮੇਰੇ ਕਿਹਨੇ ਦੇਖਦਾ, ਪਤਾ ਤਾਂ ਲੱਗ ਜਾਂਦਾ ਯਾਰ ਦੋਸਤ। ਫਿਰ ਜਿਹੜੇ ਨਾਲ ਹੁੰਦੇ ਨੇ ਮੈਂ ਉਹਨੂੰ ਕਹਿ ਦੇਣਾ ਬਾਈ ਝਾਕੀ ਜਾਂਦਾ, ਯਾਰ ਉਹ ਵੀਡੀਓ ਦੇਖਦਾ ਹੋਊਗਾ ਵੀ ਉਹ ਕਿਹੜੇ ਤਰੀਕੇ ਨਾਲ ਚੱਲਦਾ, ਹੁਣ ਪਤਾ ਤਾਂ ਲੱਗ ਹੀ ਜਾਂਦਾ। ਹੁਣ ਆਪਾਂ ਵੀ ਮੈਨੂੰ ਵੀ ਕਿਸੇ ਜਿਹੜੇ ਕੋਈ ਬੰਦਾ ਚੱਲੂਗਾ, ਖੜੂਗਾ, ਬੈਠੂਗਾ, ਮੈਨੂੰ ਉਹਦੇ ਬਾਰੇ ਝੱਟ ਪਤਾ ਲੱਗ ਜਾਊ ਬੰਦਾ ਕਿੱਦਾਂ ਦਾ। ਪਰ ਬੰਦੇ ਨੂੰ ਦੇਖ ਕੇ ਜੱਜ ਕਰਨਾ, ਕਈਆਂ ਦੇ ਬੰਦੇ ਦੀ ਪਿਛਲੀ ਜ਼ਿੰਦਗੀ ਹੋਰ ਹੁੰਦੀ ਆ, ਅਗਲੀ ਜ਼ਿੰਦਗੀ ਹੋਰ ਹੁੰਦੀ ਆ, ਦੇਖ ਕੇ ਜਿੰਨਾ ਚਿਰ ਬੰਦੇ ਨੂੰ ਮਿਲੋਗੇ ਨਾ, ਵਰਤੋਂਗੇ, ਬੈਠੋਗੇ, ਫਿਰ ਤੁਹਾਨੂੰ ਜੇ ਡਿਸਾਈਡ ਕਰੋ ਚੰਗਾ ਲੱਗਦਾ ਫਿਰ ਗੱਲ ਕਰੋ ਵੀ ਹਾਂ ਬੰਦਾ ਉਹ ਗਲਤ ਆ, ਇੱਦਾਂ ਕਿਸੇ ਨੂੰ ਕਹਿਣਾ ਦੇਖ ਕੇ ਇਹ ਤਾਂ ਗਲਤ ਗੱਲ। ਮੇਰਾ ਸਵਾਲ ਸੀ ਵੀ ਯਾਰ ਦੋਸਤ ਕਈ ਵਾਰ ਇਹ ਹੁੰਦਾ, ਯਾਰ ਦੋਸਤ ਵੀ ਸ਼ਰਮ ਮਹਿਸੂਸ ਕਰਨ ਲੱਗ ਜਾਂਦੇ ਆ, ਇਹ ਹੁੰਦਾ ਵੀ ਜੇ ਇਹਦੇ ਨਾਲ ਤੁਰਾਂਗੇ ਤਾਂ ਲੋਕ ਸਾਨੂੰ ਇਹਦੇ ਵਰਗਾ ਸਮਝਣਗੇ, ਵੀ ਇਹ ਵੀ ਇਸ ਤਰੀਕੇ ਦਾ ਹੋਊਗਾ। ਯਾਰ ਜਿਹੜਾ ਚੁਲਦਾ ਤੁਰੇ ਨਹੀਂ ਤੁਰਦਾ, ਨਾ ਮੈਂ ਤਾਂ ਇਕੱਲੇ ਹੀ ਬਹੁਤਾ ਵੀਰੇ। ਕਦੇ ਹੋਈ ਹੈ ਐਸੀ ਗੱਲ? ਨਾ ਕਦੇ ਹੋਈ ਤਾਂ ਨਹੀਂ, ਕਦੇ ਨਹੀਂ ਹੋਈ। ਜਿਹੜੇ ਯਾਰ ਦੋਸਤ ਪਹਿਲਾਂ ਸੀ ਉਹੀ ਯਾਰ ਦੋਸਤ ਹੁਣ ਨੇ? ਹਾਂ ਉਹੀ ਨੇ ਵੀਰੇ। ਅੱਛਾ। ਤੇ ਬਾਈ ਦੇ ਹੁਣ ਅਸਲ ਰੂਪ ਜਿਹੜਾ ਤੁਹਾਨੂੰ ਦਿਖਾਉਣਾ ਬਾਈ, ਇੱਕ ਵਾਰ ਉਹ ਬੋਲੀ ਅਤੇ ਉਹ ਪਾ ਕੇ ਦਿਖਾ ਦਿਓ ਕੈਮਰੇ ਸਾਹਮਣੇ, ਨਿਰਾਸ਼ ਨਾ ਕਰਿਓ ਆਡੀਅੰਸ ਨੂੰ। ਅਤੇ ਪਤਾ ਕੀ ਹੈ, ਮੈਂ ਯਾਰ ਜਦੋਂ ਵੀਡੀਓ ਬਣਾਉਣਾ ਹੁੰਦਾ ਨਾ, ਮੈਂ ਕੈਮਰਾ ਧਰ ਲੈਣਾ, ਮੈਂ ਕਮਰੇ ਦੇ ਵਿੱਚ ਹੀ ਬਣਾਉਣਾ ਇਕੱਲਾ ਹੀ, ਮੈਂ ਕਿਸੇ ਨੂੰ ਸਾਹਮਣੇ ਵੀ ਪਤਾ ਸ਼ਰਮ ਜਿਹੀ ਆਉਂਦੀ ਹੈ, ਮੈਂ ਕਹਿ ਦੇਣਾ ਹੁਣ ਪਿੱਛੋਂ ਦੇਖੀ ਜਾਓ ਜਿਹਨੇ ਦੇਖਣੀ, ਪਰ ਮੈਨੂੰ ਮੈਂ ਉੱਥੇ ਤਾਂ ਬੰਦ ਕਮਰੇ 'ਚ ਹੁੰਦੀ ਹੈ, ਫਿਰ ਤਾਂ ਸਾਰੀ ਦੁਨੀਆਂ ਦੇ ਵਿੱਚ ਵਗ ਜਾਂਦੀ ਜਦੋਂ ਇੰਸਟਾ 'ਤੇ ਪਾ ਦਿੰਦੇ। ਚਲੋ ਉਹ ਦੇਖੀ ਜਾਵੇ, ਪਰ ਸਾਹਮਣੇ ਫੇਸ ਟੂ ਫੇਸ ਨਹੀਂ ਨਾ ਹੁੰਦਾ ਬਾਈ। ਬਾਈ ਜਿਹੜਾ ਇੱਕ ਤਾਂ ਉਹ ਸਟਾਈਲ ਹੈ ਜਿਹੜਾ ਬੋਲੀਆਂ ਪਾਉਣ ਵਾਲਾ, ਲੱਕ ਹਿਲਾਉਣ ਵਾਲਾ, ਉਹ ਜ਼ਰੂਰ ਇੱਕ ਵਾਰ ਦਿਖਾ ਦਿਓ ਕਰਕੇ, ਕੋਈ ਵੀ ਮਨਪਸੰਦ ਬੋਲੀ ਹੋਵੇ। ਤੇਰਾ ਮਾਰਾ ਮੈਂ ਵਿਆਹ ਨਾ ਕਰਾਇਆ, ਜੱਗ ਤੋਂ ਛੜਾ ਖਵਾਇਆ ਨੀ, ਨੱਤੀਆਂ ਵੇਚ ਕੇ ਕੋਕਾ ਲਿਆਂਦਾ, ਤੇਰੀ ਝੋਲੀ ਪਾਇਆ ਜੇ ਡਰ ਮਾਪਿਆਂ ਦਾ, ਯਾਰ ਮਗਰ ਕਿਉਂ ਲਾਇਆ ਨੀ ਜੇ ਡਰ ਮਾਪਿਆਂ ਦਾ। ਬਹੁਤ ਧੰਨਵਾਦ ਬਾਈ, ਇਹ ਦੇਖੀ ਆ ਤੁਸੀਂ ਦਿਖਾਈ ਸਾਡੀ ਫਰਮਾਇਸ਼ ਦੇ ਉੱਤੇ ਕਰਕੇ, ਆਡੀਅੰਸ ਦੀ ਫਰਮਾਇਸ਼ ਦੇ ਉੱਤੇ ਕਰਕੇ। ਅੱਛਾ ਮੱਗਰ ਮਿੱਠੀ ਦੇਖਿਆਗਾ? ਹਾਂ ਦੇਖਿਆ ਵੀਰੇ, ਸੋਸ਼ਲ ਮੀਡੀਆ 'ਤੇ ਦੇਖਿਆ, ਮੈਂ ਚੈਨਲ ਮਿਲਣਾ ਤੁਹਾਡੇ ਚੈਨਲ 'ਤੇ ਵੀ ਦੇਖਿਆ ਮੈਂ। ਅੱਛਾ ਹਾਂ ਬਾਈ, ਅਤੇ ਕਿਵੇਂ ਲੱਗਿਆ ਉਹਨੂੰ ਦੇਖ ਕੇ? ਕਈ ਲੋਕ ਤੁਹਾਨੂੰ ਉਹਦੇ ਨਾਲ ਕੰਪੇਅਰ ਕਰਦੇ ਹੋਣਗੇ। ਉਹ ਯਾਰ ਦੁਨੀਆ ਦਾ ਕੋਈ ਚੱਕਰ ਨਹੀਂ ਵੀਰੇ, ਮੈਂ ਤੁਹਾਨੂੰ ਪਹਿਲਾਂ ਕਹਿ ਕੇ ਹਟਿਆ, ਕਰੀ ਜਾਣ ਜਿਹੜਾ ਕਰਦਾ ਕੋਈ ਚੱਕਰ ਨਹੀਂ, ਮੈਨੂੰ ਕੋਈ ਟੈਨਸ਼ਨ ਨਹੀਂ। ਇਹ ਕਈ ਵਾਰ ਕਮੈਂਟ ਆਇਆ ਵੀ ਤੂੰ ਦੂਜਾ ਮੱਗਰ ਮਿੱਠੀ ਆ? ਨਾ ਇੱਦਾਂ ਦਾ ਕੋਈ ਨਹੀਂ ਆਇਆ ਵੀਰੇ, ਕੋਈ ਨਹੀਂ ਆਇਆ ਨਾ। ਤੇ ਕਦੇ ਲੋਕਾਂ ਨੇ ਇਹ ਕਮੈਂਟਾਂ ਦੇ ਵਿੱਚ ਆਖਿਆ ਹੋਏ ਨਚਾਰ ਇਹ ਜਨਾਨੜਾ ਚੱਲਦੇ ਰਹਿੰਦਾ ਯਾਰ, ਇਹ ਤਾਂ ਆਮ ਸ਼ਬਦ ਹੋ ਗਏ ਤੁਹਾਡੇ। ਕੋਈ ਚੱਕਰ ਨਹੀਂ, ਪਹਿਲਾਂ ਹੁੰਦਾ ਸੀ ਯਾਰ ਮੈਂ ਟੈਨਸ਼ਨ ਲੈਂਦਾ, ਹੁਣ ਕੋਈ ਚੱਕਰ ਨਹੀਂ, ਜਿਹੜਾ ਕੁਝ ਕਹਿੰਦਾ ਕਹੀ ਜਾਣ ਯਾਰ, ਮੈਂ ਨਚਾਰ ਹੈਗਾ ਹੈਗਾ, ਇਨਸਾਨ ਤਾਂ ਹੈਗਾ, ਠੀਕ ਹੈ ਨਾ। ਤੇ ਬਾਈ ਦੀਆਂ ਬੋਲੀਆਂ ਤੁਸੀਂ ਦੇਖੀਆਂ ਹੋਣਗੀਆਂ, ਬਾਈ ਨੂੰ ਸੋਸ਼ਲ ਮੀਡੀਆ ਦੇ ਉੱਤੇ ਤੁਸੀਂ ਦੇਖਿਆ ਹੋਊਗਾ ਅਕਸਰ, ਅਤੇ ਇਹ ਬਾਈ ਦਾ ਨਾਮ ਤਰਨਪ੍ਰੀਤ ਧਾਲੀਵਾਲ ਹੈ, ਜਿਹੜੀ ਇੰਸਟਾ ਪ੍ਰੋਫਾਈਲ ਤੁਸੀਂ ਦੇਖ ਸਕਦੇ ਹੋ, ਅਤੇ ਰੀਲਾਂ ਵੀ ਕੁਛ ਕੁ ਸਕਰੀਨ ਦੇ ਉੱਤੇ ਚੱਲ ਰਹੀਆਂ ਹੋਣਗੀਆਂ। ਇਹ ਲੋਕ ਬਾਈ ਦਾ ਕਹਿਣਾ ਕਿ ਬਹੁਤ ਸਾਰੇ ਲੋਕ ਮਾਯੂ
ਹਾਂ ਪਰ ਕਿਸੇ ਪਹਿਲਾਂ ਆ ਕੇ ਮਿਲੋ ਫਿਰ ਬਾਅਦ 'ਚ ਜੋ ਕੁਛ ਮਰਜ਼ੀ ਕਹੀ ਜਾਏ ਉਹ ਵੀ ਬੰਦਾ ਐਵੇਂ ਪਹਿਲਾਂ ਮਿਲਣਾ ਚਾਹੀਦਾ ਫਿਰ ਬੰਦੇ ਨੂੰ ਜੱਜ ਕਰੋ ਵੀ ਇਹ ਸਹੀ ਹੈ ਜਾਂ ਨਹੀਂ ਕਰਨਾ ਚਾਹੀਦਾ ਯਾਰ ਕਿਸੇ ਨੂੰ ਵੀ ਪਹਿਲਾਂ ਬੰਦੇ ਦੀ ਜ਼ਿੰਦਗੀ 'ਚ ਆ ਕੇ ਨੇੜੇ ਦੇਖੋ ਵੀ ਬੰਦਾ ਕਿਵੇਂ ਵਰਤਦਾ ਕਿੱਦਾਂ ਬੈਠਦਾ ਉੱਠਦਾ ਕੀ ਬੰਦੇ ਦੇ ਵੀ ਉਹ ਐਕਸ਼ਨ ਫਿਰ ਬਾਅਦ 'ਚ ਕਰੋ ਨਾ ਗੱਲ ਜੇ ਕਰਨੀ ਹੈ ਇੱਦਾਂ ਕੋਈ ਪਿੱਠ ਪਿੱਛੇ ਕਿਸੇ ਨੂੰ ਕਹੀ ਜਾਣਾ ਉਹ ਚੰਗੀਆਂ ਗੱਲਾਂ ਨਹੀਂ ਨਾ ਹੈਗੀਆਂ ਅੱਛਾ ਬਾਈ ਇਹ ਸਾਰੀਆਂ ਚੀਜ਼ਾਂ ਸਿੱਖਦੇ ਕਿੱਥੋਂ ਕੋਈ ਕੋਚਿੰਗ ਭੰਗੜੇ ਦੀ ਗਿੱਧੇ ਦੀ ਕੋਈ ਕੋਚਿੰਗ ਲਈ ਆ ਨਾ ਯਾਰ ਮੈਂ ਤਾਂ ਕੋਈ ਤੋਂ ਨਹੀਂ ਆਇਆ ਸਾਹਮਣੇ ਕੋਈ ਵੀ ਸਟੈਪ ਕਰ ਲਏ ਚਾਹੇ ਕੋਈ ਕੁੜੀਆਂ ਵਾਲਾ ਚਾਹੇ ਕੋਈ ਮੁੰਡਿਆਂ ਵਾਲਾ ਉਸੇ ਤਰ੍ਹਾਂ ਹੀ ਕਰ ਲੂੰਗਾ ਬਾਈ ਮੈਂ ਕਦੇ ਸਿੱਖਿਆ ਸੁੱਖਿਆ ਤਾਂ ਨਹੀਂ ਕਰ ਅੱਛਾ ਵੀ ਮਤਲਬ ਇਹ ਜਦੋਂ ਵਿਆਹਾਂ ਤੇ ਜਾਂਦੇ ਆ ਆਪਾਂ ਅਕਸਰ ਹਨਾ ਵੀ ਉਦੋਂ ਆਰਕੈਸਟਰਾ ਵਾਲੇ ਨੱਚਦੇ ਆ ਵੀ ਉਹਨਾਂ ਨੂੰ ਦੇਖ ਕੇ ਇਹ ਸਟਾਈਲ ਕੀ ਕਾਪੀ ਕੀਤਾ ਹੋ ਜਾਂਦਾ ਜਿਵੇਂ ਕਈ ਵਾਰ ਜਾਗੋ ਨਹੀਂ ਕੱਢਦੇ ਹੁੰਦੇ ਆਪਾਂ ਵਿਆਹਾਂ 'ਚ ਕੁੜੀਆਂ ਕਿੱਦਾਂ ਪਾਉਂਦੀਆਂ ਹੁੰਦੀਆਂ ਸੀਗੀਆਂ ਉਹ ਜਿਵੇਂ ਲੱਕ ਮਾਰਦੀਆਂ ਸੀ ਮੈਂ ਉਵੇਂ ਲੱਗ ਜਾਂਦਾ ਸੀ ਜਿਵੇਂ ਮੁੰਡੇ ਭੰਗੜਾ ਪਾਉਣ ਲੱਗਦਾ ਸੀ ਉਵੇਂ ਲੱਗ ਜਾਂਦਾ ਸੀ ਅੱਛਾ ਹੁਣ ਜਦੋਂ ਵਿਆਹਾਂ 'ਚ ਅਕਸਰ ਕਦੇ ਜਾਂਦੇ ਹੋ ਕਿਤੇ ਸਹੁਰਿਆਂ ਦੇ ਜਾਂਦੇ ਹੋਵੋਗੇ ਜਾਂ ਆਮ ਰਿਸ਼ਤੇਦਾਰੀਆਂ 'ਚ ਵਿਆਹ ਆ ਜਾਂਦੇ ਆ ਫਿਰ ਉੱਥੇ ਵੀ ਜਾ ਕੇ ਨੱਚਦੇ ਹੋ ਬੋਲੀਆਂ ਪਾਉਂਦੇ ਹੋ ਕਿੱਦਾਂ ਪਾਉਂਦੇ ਹੋ ਲੱਕ ਹਿਲਾਉਂਦੇ ਹੋ ਖਿੱਚ ਲੈਂਦੇ ਯਾਰ ਲੋਕਾਂ ਨੂੰ ਪਤਾ ਵੀ ਹੁਣ ਇਹਨੂੰ ਬੋਲੀਆਂ ਆਉਂਦੀਆਂ ਨੇ ਕਈਆਂ ਨੂੰ ਬੋਲੀਆਂ ਨਹੀਂ ਆਉਂਦੀਆਂ ਹੁੰਦੀਆਂ ਫਿਰ ਅਗਲਾ ਖਿੱਚ ਲੈਂਦਾ ਵੀ ਨਾਲ ਨੱਚ ਨੱਚ ਧੱਕੇ ਨਾਲ ਖਿੱਚ ਕੇ ਲੈ ਜਾਂਦੇ ਬਾਈ ਅੱਛਾ ਤੁਸੀਂ ਕਿੱਦਾਂ ਵੀ ਪਾ ਲੈਂਦੇ ਬੋਲੀਆਂ ਵੀ ਪਾ ਲੈਂਦੇ ਉੱਥੇ ਲੱਕ ਵੀ ਹਿਲਾਉਂਦੇ ਸਭ ਕੁਝ ਕਰ ਲੈਣਾ ਬਾਈ ਆਲਰਾਊਂਡਰ ਬੰਦਾ ਤਰਨਵੀਰ ਹਾਂ ਵੀਰ ਅੱਛਾ ਬਾਈ ਰਿਸ਼ਤੇਦਾਰੀਆਂ 'ਚ ਜਾਂਦੇ ਹੋ ਰਿਸ਼ਤੇਦਾਰੀਆਂ ਵਾਲੇ ਤਾਂ ਫਿਰ ਉਹ ਕਹਿੰਦੇ ਹੋਣਗੇ ਵੀ ਤੂੰ ਐਂ ਦੱਸ ਤਰਨਵੀਰ ਵਿਆਹ ਵਿਹਲਾ ਕਦੋਂ ਹੈ ਉਦੋਂ ਵਿਆਹ ਰੱਖਾਂਗੇ ਤਿੱਥੋਂ ਬੋਲੀਆਂ 'ਤੇ ਗਿੱਧਾ ਪਾਉਣਾ ਹਾਂ ਰਿਸ਼ਤੇਦਾਰ ਵੀ ਬਾਕੀ ਯਾਰ ਦੋਸਤ ਵੀ ਸਾਡੇ ਵਿਆਹ ਜਿਵੇਂ ਕਿਸੇ ਦੇ ਸਾਲੇ ਦਾ ਵਿਆਹ ਹੁੰਦਾ ਜਾਂ ਕਿਸੇ ਦੀ ਹੋਰ ਰਿਸ਼ਤੇਦਾਰੀ 'ਚ ਅਗਲਾ ਕਹਿੰਦਾ ਵੀ ਸਾਡੇ ਨਾਲ ਚੱਲੀ ਇੱਦਾਂ ਇਹ ਬੋਲੀਆਂ ਬੋਲੀਆਂ ਕਿੱਥੋਂ ਸਿੱਖੀਆਂ ਨੇ ਦਾਦੀ ਤੋਂ ਸਿੱਖੀਆਂ ਨੇ ਜਾਂ ਨਾਨੀ ਤੋਂ ਸਿੱਖੀਆਂ ਨੇ ਹਾਂ ਮੰਮੀ ਛੋਟੇ ਹੁੰਦੇ ਯਾਰ ਵੀ ਪਤਾ ਪਿੰਡ 'ਚ ਜਦੋਂ ਗਾਉਣ ਬੁੜੀਆਂ ਗਾਉਂਦੀਆਂ ਹੁੰਦੀਆਂ ਢੋਲਕੀ ਢਾਲਕੀ ਵਜਾਉਂਦੇ ਹੁੰਦੇ ਸੀ ਅਸੀਂ ਛੋਟੇ ਛੋਟੇ ਹੁੰਦੇ ਨਾਲ ਭੱਜ ਜਾਣਾ ਉੱਥੇ ਅਤੇ ਉਹਨਾਂ ਨੇ ਢੋਲਕੀ ਵਜਾਈ ਜਾਣੀ ਇੱਦਾਂ ਗਾਈ ਜਾਣਾ ਬਸ ਉੱਥੋਂ ਹੀ ਜਿਵੇਂ ਝਿਟਕ ਲੱਗ ਜਾਂਦੀ ਆ ਬੰਦੇ ਨੂੰ ਇੱਕ ਉੱਥੋਂ ਸਿੱਖਿਆ ਹਾਂਜੀ ਹਾਂਜੀ ਅਤੇ ਬਾਈ ਜੇ ਮੈਂ ਗੱਲ ਕਰਾਂ ਕਿ ਜਿਵੇਂ ਇਹ ਤੁਸੀਂ ਇਹ ਬੋਲੀਆਂ ਸਿੱਖੀਆਂ ਅਤੇ ਵੀ ਇਹ ਛੋਟੇ ਹੁੰਦੇ ਤੁਸੀਂ ਪਾਉਣ ਲੱਗ ਗਏ ਸੀ ਬੋਲੀਆਂ ਜਾਂ ਇਹ ਨੱਚਣ ਵਾਲਾ ਗਾਉਣ ਵਾਲਾ ਸ਼ੌਂਕ ਇਹ ਜਵਾਨੀ 'ਚ ਆਇਆ ਬਾਈ ਇਹ ਤਾਂ ਮੈਂ ਹੁਣ ਹੀ ਲੱਗਿਆ ਹੋਇਆ ਨੱਚ ਨੂੰ 'ਚ ਤਾਂ ਲੈਂਦੇ ਜੀ ਪਰ ਇੰਨਾ ਕਦੇ ਗੌਰ ਨਹੀਂ ਨਾ ਕਰੀ ਉਦੋਂ ਪੜ੍ਹਾਈ ਵੇਲੇ ਪੜ੍ਹਦੇ ਹੁੰਦੇ ਸੀਗੇ ਹਾਂ ਬਾਕੀ ਫਿਰ ਨਾ ਕੰਮ ਕਾਰ 'ਚ ਲੱਗ ਗਏ ਆਹ ਸਕੂਲ ਵੇਲੇ ਕਈ ਵਾਰ ਫੈਕਸ਼ਨ ਫੁਕਸ਼ਨ ਹੁੰਦਾ ਸੀ ਉਦੋਂ ਚੱਲ ਜਾਂਦਾ ਸੀਗਾ ਪਰ ਇੱਦਾਂ ਤਾਂ ਨਹੀਂ ਕਦੇ ਨੱਚੇ ਉਦੋਂ ਵੀ ਇੱਦਾਂ ਹੀ ਲੱਕਾਂ ਲਾਉਂਦੇ ਹੁੰਦੇ ਸੀ ਉਦੋਂ ਭੰਗੜਾ ਕਰਦੇ ਵੀਰ ਉਦੋਂ ਭੰਗੜਾ ਕਰਦੇ ਸੀ ਵੀ ਜਾਣੀ ਭੰਗੜਾ ਵੀ ਆਉਂਦਾ ਅਤੇ ਆਹ ਇੰਸਟਾਗ੍ਰਾਮ ਦੇ ਉੱਤੇ ਆ ਕੇ ਇਹ ਕੀੜਾ ਪੈ ਗਿਆ ਨੱਚਣ ਵਾਲਾ ਕੀੜਾ ਨਹੀਂ ਮਤਲਬ ਪਤਾ ਕੀ ਬਾਕੀ ਹੁਣ ਮੈਂ ਭੰਗੜੇ ਵਾਲੀ ਵੀਡੀਓ ਪਾਉਣਾ ਯਾਰ ਕਿਸੇ ਨੇ ਉਹ ਵਾਇਰਲ ਨਹੀਂ ਹੋਣੀ ਜੇ ਮੈਂ ਦੂਜੀ ਹਾਂ ਜੇ ਮੈਂ ਠੁੰਕੇ ਵਾਲੀ ਪਾ ਦੇਣਾ ਹੁਣ ਤੁਸੀਂ ਆਪ ਦੇਖੀ ਹੈ ਪ੍ਰੋਫਾਈਲ ਲੋਕ ਹੁਣ ਦੱਸੋ ਲੋਕ ਮਾਣੇ ਕਿ ਮੈਂ ਮਾਣ ਵੀ ਊਂ ਠੀਕ ਹੋ ਬਸ ਠੀਕ ਹੈ ਯਾਰ ਜਿੱਦਾਂ ਚੱਲੀ ਜਾਂਦਾ ਸਿਸਟਮ ਚੱਲੀ ਜਾਵੇ ਆਪਾਂ ਨੂੰ ਕੋਈ ਕਿਸੇ ਦਾ ਮਾੜਾ ਨਾ ਕਰੋ ਮਾੜੀ ਸੋਚ ਨਾ ਰੱਖੋ ਬਸ ਸੰਗੀ ਸੋਚ ਰੱਖੋ ਕਿਸੇ ਦਾ ਬਸ ਸਭ ਚੱਲੀ ਜਾਵੇ ਬਾਕੀ ਜਿੱਦਾਂ ਲੋਕ ਕਹਿੰਦੇ ਕਹੀ ਜਾਵੇ ਵੀਰੇ ਉਹਨਾਂ ਦੀ ਆਪਣੀ ਜ਼ਿੰਦਗੀ ਆਪਣੀ ਆਪਣੀ ਜ਼ਿੰਦਗੀ ਤਰਨਵੀਰ ਬਾਈ ਕੋਈ ਐਸਾ ਮਿਹਣਾ ਅੱਜ ਵੱਜਿਆ ਹੋਵੇ ਜਿਹੜਾ ਅੱਜ ਵੀ ਦਿਲ ਦੇ ਵਿੱਚ ਰੜਕਦਾ ਹੋਵੇ ਕੋਈ ਕਿਸੇ ਨੇ ਐਸਾ ਬੁਰਾ ਭਲਿਆ ਸ਼ਬਦ ਕਿਹਾ ਹੋਵੇ ਹੈਗਾ ਕਿਸੇ ਨੇ ਆਖਿਆ ਹੋਇਆ ਯਾਰ ਇਸ ਤਰ੍ਹਾਂ ਤਾਂ ਕਹੀ ਜਾਂਦੇ ਮੈਂ ਇੰਨੀ ਗੌਰ ਕਰਦੇ ਨਹੀਂ ਵੀਰੇ ਕਿਸੇ ਨੇ ਆਪਦੇ ਨੇ ਕਿਹਾ ਹੋਵੇ ਨਹੀਂ ਆਪਣੇ ਤਾਂ ਕੋਈ ਨਹੀਂ ਕਹਿੰਦੇ ਨਹੀਂ ਮੂੰਹ ਦੇ ਦੇਣਗੇ ਪਿੱਠ ਪਿੱਛੇ ਤਾਂ ਤੈਨੂੰ ਪਤਾ ਕਹੀ ਜਾਂਦੇ ਹੋਣਗੇ ਬਾਕੀ ਮੈਨੂੰ ਪਤਾ ਲੱਗ ਜਾਂਦਾ ਯਾਰ ਬੰਦੇ ਦੇ ਮੈਂ ਦੇਖ ਕੇ ਦੱਸ ਦੇਣਾ ਮੈਂ ਕਿਹੜਾ ਬੰਦਾ ਕਿੰਨੇ ਕੁ ਪਾਣੀ 'ਚ ਹੈ ਵੀ ਕੀ ਆਪਣੇ ਬਾਰੇ ਸੋਚ ਰੱਖਦਾ ਕਿ ਕੀ ਗੱਲ ਕਰਦਾ ਠੀਕ ਹੈ ਨਾ ਬਾਕੀ ਆਪਾਂ ਕਿਸੇ ਨੂੰ ਕਦੇ ਮੂੰਹ 'ਤੇ ਕਿਹਾ ਨਹੀਂ ਆਪੀ ਪਰਮਾਤਮਾ ਦੇਖਦਾ ਯਾਰ ਜਿਹੜਾ ਕਰੂਗਾ ਭਰੂਗਾ ਆਪਾਂ ਕਿਸੇ ਤੋਂ ਕੀ ਲੈਣਾ ਯਾਰ ਸਹੀ ਗੱਲ ਆ ਸੋ ਵੀਰੇ ਦੀ ਪ੍ਰੋਫਾਈਲ ਜ਼ਰੂਰ ਦੇਖਿਓ ਤਰਨਵੀਰ ਰੰਧਾਵਾ ਬਾਈ ਦੀ ਇੰਸਟਾ ਆਈ ਡੀ ਆ ਜ਼ਰੂਰ ਦੇਖਿਓ ਵਿਜ਼ਿਟ ਕਰਿਓ ਬਾਈ ਦਾ ਕਹਿਣ ਦਾ ਮਤਲਬ ਸਾਰੀ ਇੰਟਰਵਿਊ 'ਚੋਂ ਇਹੀ ਨਿਕਲ ਕੇ ਆਇਆ ਕਿ ਆਪਣਾ ਦਿਲ ਖੁਸ਼ ਹੋਣਾ ਚਾਹੀਦਾ ਦੂਜਿਆਂ ਦੇ ਦਿਲ ਖੁਸ਼ ਕਰੋ ਅਤੇ ਜ਼ਿੰਦਗੀ ਦੇ ਵਿੱਚ ਬਹੁਤ ਥੋੜ੍ਹਾ ਸਮਾਂ ਸਾਨੂੰ ਮਿਲਿਆ ਇਹਨੂੰ ਹੰਢਾਓ ਰੱਜ ਕੇ ਇਹਨੂੰ ਜਿਉਂ ਇਹਨੂੰ ਕੱਟੋ ਨਾ ਅਤੇ ਇੰਟਰਵਿਊ ਕਰਨ ਦਾ ਮਕਸਦ ਵੀ ਇਹੀ ਹੈ ਕਿ ਤੁਹਾਡੇ ਚਿਹਰਿਆਂ ਦੇ ਉੱਤੇ ਮੁਸਕਾਨ ਆ ਸਕੇ ਤੁਹਾਡੇ ਚਿਹਰਿਆਂ 'ਤੇ ਦਿਲ ਦੇ ਉੱਤੇ ਹਾਸੇ ਆ ਸਕਣ ਜਿਹੜੇ ਲੋਕ ਨਿਰਾਸ਼ ਨੇ ਉਹ ਲੋਕ ਖੁਸ਼ ਹੋ ਸਕਣ ਕਮੈਂਟ ਕਰਕੇ ਬਾਈ ਬਣ ਕੇ ਜਿਹੜੇ ਵਿਦਵਾਨ ਬੰਦੇ ਨੇ ਉਹ ਕਮੈਂਟ ਨਾ ਕਰਿਓ ਅਤੇ ਨਾ ਉਹਨਾਂ ਦੇ ਸਾਨੂੰ ਕਮੈਂਟ ਚਾਹੀਦੇ ਨੇ ਜਿਹੜੇ ਲੋਕ ਜ਼ਿੰਦਾ ਦਿਲੀ ਦੇ ਨਾਲ ਜ਼ਿੰਦਗੀ ਜਿਉਣਾ ਚਾਹੁੰਦੇ ਆ ਉਹ ਵੀਡੀਓ ਜ਼ਰੂਰ ਦੇਖਿਓ ਅੱਗੇ ਸ਼ੇਅਰ ਵੀ ਕਰਿਓ ਕਮੈਂਟ ਵੀ ਕਰਿਓ ਵੀਡੀਓ ਚੰਗੀ ਲੱਗੀ ਤਾਂ ਬਹੁਤ ਇਹਨੂੰ ਸ਼ੇਅਰ ਕਰਿਓ ਰਿਸ਼ਤੇਦਾਰਾਂ ਤੱਕ ਆਪਣੇ ਯਾਰਾਂ ਦੋਸਤਾਂ ਤੱਕ ਪਹੁੰਚਦੀ ਕਰਿਓ ਬਹੁਤ ਬਹੁਤ ਧੰਨਵਾਦ ਦੇਖਦੇ ਰਹੋ ਘੈਂਟ ਪੰਜਾਬੀ।